ਸਾਹਮਣੇ ਇੱਕ ਸੀਸੀਟੀਵੀ ਕੈਮਰਾ ਤੁਸੀਂ ਦੇਖੋ ਕਿ ਜਿੱਥੋਂ ਨਜ਼ਰ ਆ ਰਿਹਾ ਸੀ ਕਿ ਇਸ ਦਰਵਾਜ਼ੇ ਨੂੰ ਉਹਨਾਂ ਵੱਲੋਂ ਜੋ ਹੈ ਉਹ ਧੱਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਔਰ ਇਸ ਦੇ ਦੂਸਰੇ ਪਾਸੇ ਜੋ ਹੈ ਮਹਿਲਾ ਉਹ ਜੋ ਛੋਰ ਵੀ ਉਸ ਵੱਲੋਂ ਮਚਾਇਆ ਜਾ ਰਿਹਾ ਸੀ ਔਰ ਜ਼ੋਰ ਜਿਹੜਾ ਇਸ ਦਰਵਾਜ਼ੇ ਨੂੰ ਇਸ ਕਰਕੇ ਲਗਾਇਆ ਜਾ ਰਿਹਾ ਸੀ ਕਿ ਇਹ ਦਰਵਾਜ਼ਾ ਖੁੱਲ੍ਹ ਨਾ ਸਕੇ। ਤਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਦਰਵਾਜ਼ੇ ਤੋਂ ਜਿੱਦਾਂ ਹੀ ਅਸੀਂ ਅੰਦਰ ਦਾਖਲ ਹੁੰਦੇ ਹਾਂ ਤਾਂ ਅੰਦਰ ਲੌਬੀ ਦੇ ਵਿੱਚ ਇਸ ਵੇਲੇ ਬਹੁਤ ਸਾਰੇ ਜਿਹੜੇ ਉਹਨਾਂ ਦੇ ਰਿਸ਼ਤੇਦਾਰ ਜਾਂ ਆਸ ਪਾਸ ਦੇ ਲੋਕ ਜਿਹੜੇ ਨੇ ਉਹ ਜਾਣਨ ਦੇ ਲਈ ਪਹੁੰਚ ਰਹੇ ਨੇ। ਤਾਂ ਇਹ ਦਰਵਾਜ਼ਾ ਜਿਸ ਨੂੰ ਅੰਦਰ ਵਾਲੇ ਪਾਸਿਓਂ ਜੋ ਹੈ ਉਹ ਧੱਕ ਕੇ ਬੰਦ ਕਰਨ ਦੀ ਕੋਸ਼ਿਸ਼ ਕੀਤੀ ਗਈ। ਉਸ ਤੋਂ ਬਾਅਦ ਇਹ ਸੋਫਾ ਜਿਹੜਾ ਨਜ਼ਰ ਆ ਰਿਹਾ ਇਸ ਨੂੰ ਖਿੱਚ ਕੇ ਇਸ ਦੇ ਅੱਗੇ ਰੱਖ ਦਿੱਤਾ ਗਿਆ। ਹਾਲਾਂਕਿ ਉਸ ਵੇਲੇ ਜਿਹੜੇ ਉਹ ਲੁਟੇਰੇ ਨੇ ਉਹ ਡਰ ਦੇ ਨਾਲ ਇੱਥੋਂ ਵਾਪਸ ਚਲੇ ਗਏ ਸੀ ਕਿਉਂਕਿ ਮਹਿਲਾ ਨੇ ਬਹੁਤ ਬਹਾਦਰੀ ਦੇ ਨਾਲ ਔਰ ਕਿਉਂਕਿ ਜਦੋਂ ਅਜਿਹੀ ਕੋਈ ਵੀ ਵਾਰਦਾਤ ਹੁੰਦੀ ਤਾਂ ਸਭ ਤੋਂ ਪਹਿਲਾਂ ਇਨਸਾਨ ਘਬਰਾ ਜਾਂਦਾ ਹੈ, ਸੋਚਣ ਦਾ ਜਿਹੜਾ ਸਮਾਂ ਉਸ ਵੇਲੇ ਨਹੀਂ ਮਿਲਦਾ। ਪਰ ਇਸ ਮਹਿਲਾ ਦੀ ਅਸੀਂ ਕਹਿ ਸਕਦੇ ਹਾਂ ਬਹਾਦਰੀ ਵੀ ਹੈ, ਸਮਝਦਾਰੀ ਵੀ ਹੈ ਕਿਉਂਕਿ ਬਹੁਤ ਘੱਟ ਸਮੇਂ ਦੇ ਵਿੱਚ ਇਸ ਤਰੀਕੇ ਦੇ ਨਾਲ, ਕਿਉਂਕਿ ਜਦੋਂ ਜਿਹੜੇ ਲੁਟੇਰੇ ਕਿਸੇ ਵੀ ਵਾਰਦਾਤ ਨੂੰ ਅੰਜਾਮ ਦੇਣ ਦੇ ਲਈ ਜਾਂਦੇ ਨੇ ਤਾਂ ਲਾਜ਼ਮੀ ਤੌਰ 'ਤੇ ਉਹਨਾਂ ਦੇ ਕੋਲ ਕੋਈ ਨਾ ਕੋਈ ਵੈਪਨ ਜਾਂ ਕੋਈ ਨਾ ਕੋਈ ਤੇਜ਼ ਧਾਰ ਹਥਿਆਰ ਜ਼ਰੂਰ ਹੁੰਦਾ, ਕਿਉਂਕਿ ਜੇਕਰ ਕੋਈ ਉਹਨਾਂ ਨੂੰ ਰੋਕਦਾ ਹੈ ਜਾਂ ਉਹਨਾਂ ਦੀ ਪਹਿਚਾਣ ਕਰ ਲੈਂਦਾ ਤਾਂ ਉਹਨਾਂ ਦੀ ਪਹਿਲੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਉਸ ਦੇ ਉੱਤੇ ਹਮਲਾ ਕੀਤਾ ਜਾਵੇ। ਪਰ ਕਿਉਂਕਿ ਮਹਿਲਾ ਵੱਲੋਂ ਸ਼ੋਰ ਮਚਾਇਆ ਗਿਆ, ਸੀਸੀਟੀਵੀ ਦੇ ਵਿੱਚ ਅਸੀਂ ਸਾਰਾ ਕੁਝ ਦੇਖਿਆ, ਤਾਂ ਜਿਹੜੇ ਘਰ ਦੇ ਮਾਲਕ ਨੇ ਉਹਨਾਂ ਦੇ ਨਾਲ ਅਸੀਂ ਗੱਲ ਕਰਦੇ ਇੱਕ ਵਾਰ ਕਿ ਕਾਰਨ ਕੀ ਹੈ, ਕੀ ਪੂਰੀ ਜਿਹੜੀ ਵਾਰਦਾਤ ਉਸ ਵੇਲੇ ਘਰ ਦੇ ਵਿੱਚ ਕੌਣ ਕੌਣ ਸੀ ਔਰ ਹੁਣ ਤੱਕ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ? ਭਾਅ ਜੀ, ਘਰ ਵਿੱਚ ਮੇਰੇ ਛੋਟੇ ਬੱਚੇ ਸੀ, ਇੱਕ 6 ਸਾਲ ਦੀ ਕੁੜੀਆ ਸੀ ਅਤੇ 10 ਸਾਲ ਦਾ ਮੁੰਡਾ ਹੈਗਾ ਸੀ ਅਤੇ ਘਰ ਦੇ ਮੇਰੇ ਵਾਈਫ ਸੀ। ਮੈਂ ਦੁਕਾਨ 'ਤੇ ਹੀ, ਮੈਨੂੰ ਫੋਨ ਆਉਂਦਾ ਵਾ ਕਿ ਤੁਹਾਡੇ ਘਰ ਚੀ ਝਾੜਾ ਪੈਣ ਦਾ, ਰੋਲਾ ਪੈਣ ਦਾ, ਵੇਖੋ ਘਰ ਜਾ ਕੇ। ਮੈਂ ਦੁਕਾਨ ਛੱਡ ਕੇ ਅਤੇ ਉਸੇ ਟਾਈਮ ਘਰ ਆਇਆ, ਘਰ ਬਾਹਰ ਸਾਰੇ ਅਲੱਗ ਅਲੱਗ ਗੁਆਂਢ ਇਕੱਠਾ ਹੋਇਆ ਚੀਜ਼ ਦਾ। ਜਦੋਂ ਮੈਂ ਆਪਣੇ ਘਰਦਿਆਂ ਕੋਲ ਪੁੱਛਿਆ ਅਤੇ ਉਹ 3 ਬੰਦੇ ਕੰਧ ਟੱਪ ਕੇ ਆਏ ਅਤੇ ਬੂਹਾ ਤੋੜਤਾ ਪਹਿਲੇ ਨੰਬਰ 'ਤੇ, ਅਤੇ ਬਾਅਦ 'ਚ ਉਹਨਾਂ ਨੇ ਬੂਹਾ ਤਿੰਨਾਂ ਜਣਿਆਂ ਨੇ ਕੋਸ਼ਿਸ਼ ਕੀਤੀ ਅੰਦਰ ਵੜਨ ਦੀ, ਪਰ ਘਰਦਿਆਂ ਮੇਰੇ ਨੇ ਅੰਦਰ ਨਹੀਂ ਆਉਣ ਦਿੱਤਾ ਅਤੇ ਬੜੀ ਮੁਸ਼ਕਲਾਂ ਚਿਟਕਣੀ ਮਾਰੀ ਅਤੇ ਸੋਫਾ ਗਾਂਹ ਕਰਤਾ। ਇਹ ਵੀ ਹੋ ਸਕਦਾ ਕਿ ਜਿੱਦਾਂ ਜੇ ਅੰਦਰ ਵੜ ਜਾਂਦੇ ਜਾਂ ਮੇਰੇ ਬੱਚਿਆਂ ਨੂੰ ਨੁਕਸਾਨ ਹੋ ਜਾਣਾ ਸੀ ਜਾਂ ਮੇਰੇ ਘਰਦਿਆਂ ਨੂੰ, ਅਤੇ ਇਹ ਡਕੈਤੀ ਦੇ ਰੂਪ ਦਾ। ਮੈਂ ਉਹੀ ਪ੍ਰਸ਼ਾਸਨ ਗਈ ਕਰਦਾ ਵਾਂ ਕਿ ਜਲਦ ਤੋਂ ਜਲਦ ਪੁਲਿਸ ਨੂੰ ਕਿੰਨੇ ਵਜੇ ਕੰਪਲੇਂਟ ਕੀਤੀ ਔਰ ਉਸ ਤੋਂ ਬਾਅਦ ਪੁਲਿਸ ਕਦੋਂ ਇੱਥੇ ਪਹੁੰਚਦੀ ਹੈ, ਉਹ ਕੀ ਕਾਰਵਾਈ ਕਰਦੀ? ਭਾਅ ਜੀ, ਅਸੀਂ 4 ਵਜੇ ਕੰਪਲੇਂਟ ਕੀਤੀ ਸੀ, ਕੰਪਲੇਂਟ ਕੀਤੀ ਸੀ ਪਰ ਉਹਨਾਂ ਨੇ ਇੱਕ ਮੁਲਾਜ਼ਮ ਭੇਜਿਆ, ਉਹ ਬਸ ਲਾਗੇ ਲਾਗੇ ਕਰਕੇ ਕਾਰਵਾਈ 'ਤੇ ਚੱਲ ਗਿਆ ਵਾ। SO ਸਾਹਿਬ ਨੇ ਨਾ, SO ਸਾਹਿਬ ਆਏ ਉਸ ਟਾਈਮ ਦੇ ਮੌਕੇ 'ਤੇ, ਅਤੇ ਅਸੀਂ 8 ਵਜੇ ਗਏ ਕਾਪੀ ਲੈਣ FIG, ਉਹ ਕਹਿੰਦੇ ਗਸਤ ਦੇ ਗਏ ਹੈਗੇ ਆ। ਸਵੇਰੇ ਮੈਡਮ ਆਏ ਆ 7:30 ਵਜੇ ਅਤੇ ਸਾਡੇ ਕੋਲ ਲਿਖਾ ਲਖੂ ਕੇ ਲੈ ਕੇ ਚੱਲ ਗਏ ਆ, ਕਹਿੰਦੇ 9 ਵਜੇ ਆਣ ਕੇ ਥਾਣੇ ਹੋ ਅਤੇ ਤੁਸੀਂ ਕਾਪੀ ਲੈ ਲਿਓ ਚੀਜ਼ ਦਾ। ਹਾਲੇ ਤੱਕ ਉਹਨਾਂ ਦੀ ਕੋਈ ਪਹਿਚਾਣ ਨਹੀਂ? ਨਹੀਂ, ਪਛਾਣ ਨਹੀਂ ਹੋਈ ਜੀ। ਮੂੰਹ ਮਾਲ ਬੈਠੇ ਸੀ ਜੀ, ਹੱਥ ਨਾਲ ਹੀ ਉਹਨਾਂ ਨੇ ਪੈਂਟਾਂ 'ਚ ਕੋਈ ਹਥਿਆਰ ਲਗਾਏ। ਬਿਲਕੁਲ, ਇੱਕ ਵਾਰ ਮੈਂ ਫਿਰ ਤੋਂ ਦਿਖਾ ਵੀ ਦਿਆਂ ਔਰ ਅਸੀਂ ਉਸ ਮਹਿਲਾ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜਿਨ੍ਹਾਂ ਵੱਲੋਂ ਪੂਰੀ ਬਹਾਦਰੀ ਜਿਹੜੀ ਹੈ ਉਹ ਦਿਖਾਈ ਜਾਂਦੀ ਹੈ। ਤਾਂ ਇਹ ਉਹ ਦਰਵਾਜ਼ਾ ਹੈ ਜਿਸ ਨੂੰ ਕਿ ਤਿੰਨਾਂ ਲੁਟੇਰਿਆਂ ਵੱਲੋਂ, ਕਿਉਂਕਿ ਇੱਕ ਇਹ ਵੀ ਬੜੀ ਸਮਝਣ ਵਾਲੀ ਗੱਲ ਹੈ ਕਿ ਤਿੰਨ ਜਿਹੜੇ ਪੁਰਸ਼ ਸੀ ਔਰ ਤਿੰਨਾਂ ਵੱਲੋਂ ਬਾਹਰਲੇ ਪਾਸੇ ਅੰਦਰ ਨੂੰ ਦਰਵਾਜ਼ੇ ਨੂੰ ਧੱਕਿਆ ਜਾਂਦਾ ਔਰ ਇੱਕ ਪਾਸੇ ਇਕੱਲੀ ਮਹਿਲਾ ਜਿਹੜੀ ਹੈ ਉਹ ਇਹਨਾਂ ਤਿੰਨਾਂ ਜਿਹੜੇ ਲੁਟੇਰਿਆਂ ਦਾ ਇੱਕ ਹਿਸਾਬ ਦੇ ਨਾਲ ਮੁਕਾਬਲਾ ਕਰਦੀ ਹੈ। ਤਾਂ ਅਸੀਂ ਗੱਲਬਾਤ ਵੀ ਕਰਦੇ ਹਾਂ, ਤਾਂ ਇਹ ਘਰ ਹੈ, ਤੁਸੀਂ ਦੇਖ ਸਕਦੇ ਹੋ ਕਿ ਇੱਥੇ ਦੀ ਹੀ ਉਹ ਜਿਹੜੀ CCTV ਫੁਟੇਜ ਹੈ ਲਗਾਤਾਰ ਸੋਸ਼ਲ ਮੀਡੀਆ 'ਤੇ ਵੀ ਵਾਇਰਲ ਹੋ ਰਹੀ ਹੈ ਔਰ ਇੱਥੇ ਘਰ ਦੇ ਅੰਦਰ
ਛੋਟੇ ਬੱਚੇ ਜਿਸ ਤਰ੍ਹਾਂ ਜਗਜੀਤ ਸਿੰਘ ਹੁਣਾਂ ਨੇ ਜਾਣਕਾਰੀ ਦਿੱਤੀ ਕਿ ਇੱਕ 6 ਸਾਲ ਦਾ ਬੱਚਾ ਔਰ ਇੱਕ 10 ਸਾਲ ਦਾ ਬੱਚਾ, ਤਾਂ ਦੋ ਬੱਚੇ ਆਪਣੀ ਮਾਂ ਦੇ ਨਾਲ ਘਰ ਦੇ ਵਿੱਚ, ਤਾਂ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਵਿੰਡੋ, ਉਹ ਮੈਂ ਇੱਕ ਵਾਰ ਜ਼ਰੂਰ ਦਿਖਾਉਣੀ ਚਾਹੁੰਦਾ ਕਿਉਂਕਿ ਇੱਕ ਸਵਾਲ ਹਰ ਕਿਸੇ ਦੇ ਦਿਮਾਗ ਦੇ ਵਿੱਚ ਚੱਲਦਾ ਹੋਏਗਾ ਕਿ ਜਿੱਦਾਂ ਹੀ ਉਹ ਅੰਦਰ ਦਾਖਲ ਹੁੰਦੇ ਨੇ ਤਾਂ ਮਹਿਲਾ ਕਿਸ ਤਰੀਕੇ ਦੇ ਨਾਲ ਇਸ ਦਰਵਾਜ਼ੇ ਤੱਕ ਪਹੁੰਚ ਜਾਂਦੀ, ਤਾਂ ਸਾਹਮਣਿਓ ਨਜ਼ਰ ਆਉਂਦਾ ਜੇਕਰ ਕੋਈ ਵੀ ਬਾਹਰੋਂ ਅੰਦਰ ਆ ਰਿਹਾ ਤਾਂ ਅਸੀਂ ਗੱਲਬਾਤ ਕਰਦੇ। ਮੈਮ, ਬਹੁਤ ਅਸੀਂ ਕਹਿ ਸਕਦੇ ਕਿ ਇੱਕ ਮੰਦਭਾਗੀ ਘਟਨਾ ਸੀ, ਪਰ ਫਿਰ ਵੀ ਖੁਸ਼ਕਿਸਮਤੀ ਹੈ ਕਿ ਤੁਹਾਡੀ ਬਹਾਦਰੀ ਔਰ ਸਮਝਦਾਰੀ ਕਰਕੇ ਇੱਕ ਵੱਡਾ ਅਸੀਂ ਕਹਿ ਸਕਦੇ ਕਿ ਇੰਸੀਡੈਂਟ ਜਾਂ ਜਿਹੜਾ ਹਾਦਸਾ ਹੋਣਾ ਸੀ ਉਹ ਟਲ ਗਿਆ। ਕੀ ਕਹਿਣਾ ਚਾਹੋਗੇ ਔਰ ਕਿਸ ਤਰੀਕੇ ਦੇ ਨਾਲ ਪੂਰਾ ਘਟਨਾਕ੍ਰਮ ਵਾਪਰਦਾ, ਤੁਹਾਨੂੰ ਕਿੱਦਾਂ ਪਤਾ ਲੱਗਦਾ ਕਿ ਉਹ ਅੰਦਰ ਦਾਖਲ ਹੋ ਚੁੱਕਾ? ਮੈਂ ਕੋਠੇ ਤੋਂ ਕੱਪੜੇ ਲਾ ਕੇ ਆਈ ਸੀ, ਚੇਅਰ ਤੇ ਬੈਠੀ ਹੋਈ ਸਾਂ ਤੇ ਇਤਰਾ ਹੀ ਵੇਖੇ ਸ਼ੀਸ਼ੇ ਸਾਣੀ ਦੇਖਿਆ ਤੇ ਦੋ ਜਾਣਿਆਂ ਨੇ ਜੰਪ ਮਾਰੀ ਆ, ਜੰਪ ਮਾਰ ਕੇ ਤੇ ਮੈਂ ਉਸੇ ਵੇਲੇ ਚੀਕਾਂ ਮਾਰਨੀਆਂ ਸ਼ੁਰੂ ਕਰਤੀਆਂ। ਫੋਨ ਮੈਂ ਆਪਣੇ ਸਿਸਟਰ ਨਾਲ ਗੱਲ ਕਰਨ ਦੀ, ਮੈਂ ਫੋਨ ਉੱਥੇ ਸੁੱਟਤਾ ਸੀ, ਬੱਚੇ ਮੇਰੇ ਸੁੱਤੇ ਹੋਏ ਸੀ ਤੇ ਮੈਂ ਉਸੇ ਵੇਲੇ ਉਹ ਬੂਹਾ ਉਹਨਾਂ ਦੇ ਮੂੰਹ ਤੇ ਮਾਰਿਆ ਤਿੰਨਾਂ ਜਾਣਿਆਂ ਦੇ। ਉਹਨਾਂ ਨੇ ਬੂਹਾ ਖੋਲਣ ਦੀ ਕੋਸ਼ਿਸ਼ ਕੀਤੀ, ਦੋ ਜਾਣਿਆਂ ਨੇ ਖੁੱਲਿਆ ਨਹੀਂ, ਅੱਧਾ ਬੂਹਾ ਖੁੱਲ ਵੀ ਗਿਆ ਸੀ, ਫਿਰ ਵੀ ਮੈਂ ਆਪਣੇ ਵੱਲੋਂ ਬਹਾਦਰੀ ਨਾਲ ਬੂਹਾ ਬੰਦ ਕੀਤਾ ਤੇ ਤੀਸਰੇ ਜਾਣੇ ਨੇ ਬਾਹਰ ਧਿਆਨ ਰੱਖਿਆ, ਫਿਰ ਉਹਨੇ ਆਣ ਕੇ। ਅਸੀਂ ਵੀਡੀਓ 'ਚ ਦੇਖ ਰਹੇ ਹਾਂ ਕਿ ਜਦੋਂ ਤੁਸੀਂ ਸ਼ੋਰ ਮਚਾ ਰਹੇ ਹੋ ਉਸ ਵੇਲੇ ਉਹ ਥੋੜੇ ਘਬਰਾਏ ਕਿ ਉਹਨਾਂ ਨੂੰ ਲੱਗਾ ਸ਼ਾਇਦ ਕੋਈ ਹੋਰ ਅੰਦਰ ਕੋਈ ਪੁਰਸ਼ ਜਾਂ? ਮੈਂ ਆਪਣੇ ਬੱਚਿਆਂ ਨੂੰ ਜ਼ੋਰ ਜ਼ੋਰ ਦੀ ਕਿਹਾ ਸੀ ਪਾਪਾ ਨੂੰ ਬੁਲਾਓ, ਪਾਪਾ ਨੂੰ ਬੁਲਾਓ, ਉਹਨਾਂ ਨੂੰ ਲੱਗੇ ਇਹਨਾਂ ਦੇ ਹਸਬੈਂਡ ਵੀ ਅੰਦਰ ਆ, ਉਹ ਤਾਂ ਡਰ ਕੇ ਭੱਜ ਗਏ ਸੀ। ਪਰ ਬੜੀ ਮੰਦਭਾਗੀ ਗੱਲ ਹੈ ਕਿ ਜਿਹੜੇ ਲੁਟੇਰੇ ਘਰ ਦੇ ਅੰਦਰ ਦਾਖਲ ਹੋ ਜਾਂਦੇ ਨੇ, ਤਾਂ ਸੁਰੱਖਿਆ ਤੰਤਰ ਤੁਹਾਨੂੰ ਨਹੀਂ ਲੱਗਦਾ ਕਿ ਲੋਕ ਘਰ ਦੇ ਅੰਦਰ ਵੀ ਸੁਰੱਖਿਅਤ ਨੇ? ਬਿਲਕੁਲ ਵੀ ਨਹੀਂ ਹੈਗੇ ਸੁਰੱਖਿਆ, ਜਿਹੜੇ ਮਰਜ਼ੀ ਕੈਮਰੇ ਲਾ ਲਓ, ਕੈਮਰੇ ਤੋੜ ਕੇ ਗਾਂ ਜਾਣਗੇ, ਤੁਹਾਨੂੰ ਰਿਕਾਰਡਿੰਗ ਵੀ ਨਹੀਂ ਮਿਲਣੀ। ਪਰ ਵੱਡੀ ਗੱਲ ਹੈ ਕਿ ਜੇ ਸੀਸੀਟੀਵੀ ਕੈਮਰੇ ਨਾ ਲੱਗੇ ਹੁੰਦੇ ਤਾਂ ਸ਼ਾਇਦ ਇਸ ਚੀਜ਼ ਬਾਰੇ ਵੀ ਪਤਾ ਨਾ ਲੱਗਦਾ, ਇਸ ਚੀਜ਼ ਨੂੰ ਤਾਂ ਝੂਠ ਸਮਝਣਾ ਸੀ। ਤੇ ਹੁਣ ਪੁਲਿਸ ਤੁਹਾਡੇ ਘਰ ਪਹੁੰਚੀ, ਪੁਲਿਸ ਕੀ ਕਹਿ ਰਹੀ? ਪੁਲਿਸ ਕਹਿੰਦੇ ਆਪਾਂ ਇਨਕੁਆਇਰੀ ਕਰਾਂਗੇ, ਵੀ ਸ਼ਾਮਾਂ ਤੱਕ ਤੁਹਾਨੂੰ ਆਪਾਂ ਫੜ ਕੇ ਵਿਖਾਵਾਂਗੇ ਬੰਦਿਆਂ ਨੂੰ।